ਹੈਲੋ एवरीवन ਵੈਲਕਮ ਟੂ ਸੋ ਸ਼ੋਰਕਟ ਹਰ ਸਟਡੀ ਬਿਕਮਸ ਈਜ਼ੀਓ ਅਪਾ ਲੈ ਕੇ ਆਇਆ ਥੋੜੇ ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਲੇਟਡ ਜਿਹੜੀ ਨਿਊਜ਼ ਹੈਗੀ ਆ ਉਹਦੇ ਰਿਲੇਟਡ ਲੈਟਰ ਇੱਕ ਜਾਰੀ ਕੀਤਾ ਗਿਆ ਉਹ ਆ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਬੋਰਡ ਕਲਾਸਿਸ ਦੇ ਨਾਲ ਰਿਲੇਟ ਕਰਦਾ ਹੈ ਇਹ ਜਿਹੜਾ ਲੈਟਰ ਹੈਗਾ ਬੋਰਡ ਦੇ ਪ੍ਰੀਖਿਆਵਾਂ ਜਿਹੜੀਆਂ ਕਿ ਉਹਨਾਂ ਦੀ ਡੇਟ ਸ਼ੀਟ ਹੈ ਉਹ ਆ ਚੁੱਕੀ ਹੈ ਤੇ ਫੈਬ ਦੇ ਵਿੱਚ ਪ੍ਰੀ ਬੋਰਡ ਪੇਪਰ ਹੋਣਗੇ ਉਸ ਤੋਂ ਬਾਅਦ ਮਾਰਚ ਦੇ ਵਿੱਚ ਤੇ ਅਪ੍ਰੈਲ ਦੇ ਵਿੱਚ ਜਿਹੜੇ ਹੈਗੀਆਂ ਉਹ ਬੋਰਡ ਪੇਪਰ ਜਿਹੜੇ ਉਹ ਅਨਾਉਂਸ ਹੋਏ ਨੇਗੇ ਤੇ ਉਸ ਤੋਂ ਪਹਿਲਾਂ ਇੱਕ ਲੈਟਰ ਜਿਹੜਾ ਇਹ ਜਾਰੀ ਕੀਤਾ ਗਿਆ ਇਸ ਨੂੰ ਡ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੇ ਸਾਰੇ ਵੀਡੀਓਜ਼ ਦੀ ਅਪਡੇਟ ਟਾਈਮਸਰ ਮਿਲ ਜਾਏਗੀ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਤੇ ਸ਼ੁਰੂ ਕਰਦੇ ਹਾਂ ਇਸ ਲੈਟਰ ਨੂੰ ਇਹ ਲੈਟਰ ਜਿਹੜਾ ਹੈ ਦਫ਼ਤਰ ਡਾਇਰੈਕਟੋਰੇਟ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਦਾ ਵਿਸ਼ਾ ਜੇ ਅਗਰ ਆਪਾਂ ਦੇਖੀਏ ਤਾਂ ਲਿਖਿਆ ਹੋਇਆ ਹੈ ਸਕੂਲ ਸਿੱਖਿਆ ਵਿਭਾਗ ਲਈ ਐਜੂਸੈਟ ਪ੍ਰੋਗਰਾਮਾ ਦਾ ਸ਼ਡਿਊਲ ਮਹੀਨਾ ਜਨਵਰੀ ਤੇ ਫ ਜਿਹੜੇ ਉਹਨਾਂ ਲਈ ਪ੍ਰੋਗਰਾਮ ਜਿਹੜੇ ਟੈਲੀਕਾਸਟ ਕੀਤੇ ਜਾਂਦੇ ਆ ਐਜੂਸੈਟ ਪ੍ਰੋਗਰਾਮ ਤੇ ਉਹਨਾਂ ਦੇ ਰਿਲੇਟਡ ਜਿਹੜਾ ਇਹ ਹੈਗਾ ਦੇਖਦੇ ਆ ਕਿ ਕੁਝ ਇਹਦੇ ਵਿੱਚ ਦਿੱਤਾ ਹੋਇਆ ਹੈ ਉਪਰੋਕਤ ਵਿਸ਼ੇ ਸੰਬੰਧੀ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਐਜੂਸੈਟ ਰਾਹੀਂ ਵਕ ਵਕ ਜਮਾਤਾਂ ਲਈ ਰੈਗੂਲਰ ਪ੍ਰੋਗਰਾਮ ਪ੍ਰਦਾਇਮਿਤ ਕੀਤੇ ਜਾਂਦੇ ਹਨ ਪਰੰਤੂ ਫੀਲਡ ਵਿੱਚ ਵਕਵਕ ਸਕੂਲ ਮੁਖੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਪ੍ਰਾਪਤ ਫੀਡਬੈਕ ਅਨੁਸਾਰ ਰੈਗੂਲਰ ਪ੍ਰੋਗਰਾਮਾਂ ਪ੍ਰਸਾਰਿਤ ਨਹੀਂ ਕੀਤੇ ਜਾ ਰਹੇ ਉਹਨਾਂ ਤੋਂ ਪ੍ਰਾਪਤ ਸੁਝਾਅ ਅਨੁਸਾਰ ਹੇਠ ਲਿਖੇ ਪ੍ਰੋਗਰਾਮਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੁਬਾਰਾ ਤੋਂ ਇਹਨਾਂ ਸਾਰੇ ਪ੍ਰੋਗਰਾਮਾਂ ਦਾ ਪ੍ਰਸਾਰਣ ਜਿਹੜਾ ਸ਼ੁਰੂ ਕੀਤਾ ਜਾਏਗਾ ਸਭ ਤੋਂ ਪਹਿਲਾਂ ਇਹ ਬੋਰਡ ਦੀਆਂ ਪ੍ਰੀਖਿਆਵਾਂ ਨਾਲ ਸੰਬੰਧਿਤ ਪੇਪਰ ਪੈਟਰਨ ਦੇ ਹੱਲ ਲਈ ਟਿਪਸ ਤਾਂ ਪੇਪਰ ਪੈਟਰਨ ਕੀ ਹੋਏਗਾ ਕਿੱਦਾਂ ਉਹਨੂੰ ਹੱਲ ਕਰਨਾ ਉਹਦੇ ਰਿਲੇਟਡ ਟਿਪਸ ਦੇ ਰਿਲੇਟਡ ਜਿਹੜਾ ਪ੍ਰੋਗਰਾਮ ਹੈ ਉਹ ਪ੍ਰਸਾਈਡ ਕੀਤਾ ਜਾਏਗਾ ਦੂਸਰਾ ਜਿਹੜਾ ਮੋਟੀਵੇਸ਼ਨਲ ਲੈਕਚਰ ਲਗਾਏ ਜਾਣਗੇ ਤੇ ਤੀਸਰਾ ਜਿਹੜਾ ਹੈਗਾ ਵੈਲਕਮ ਲਾਈਫ ਵਿਸ਼ੇ ਦੇ ਪ੍ਰੋਗਰਾਮ ਵੈਲਕਮ ਲਾਈਫ ਇੱਕ ਨਵਾਂ ਜਿਹੜਾ ਸਬਜੈਕਟ ਇਥੇ ਐਡ ਕੀਤਾ ਗਿਆ ਸਵਾਗਤ ਜ਼ਿੰਦਗੀ ਉਸ ਦੇ ਰਿਲੇਟਡ ਜਿਹੜੇ ਹੈਗੇ ਨੇ ਉਸ ਦੇ ਪ੍ਰੋਗਰਾਮ ਇਥੇ ਲਗਾਏ ਜਾਣਗੇ ਉਕਤ ਪ੍ਰੋਗਰਾਮਾਂ ਦਾ ਪ੍ਰਸਾਰਣ ਐਜੂਜ਼ਟ ਰਹੀ ਮਿਤੀ 21 1 2021 ਤੋਂ 6 2 2021 ਤੱਕ ਨੱਥੀ ਸ਼ੈਡਿਊਲ ਅਨੁਸਾਰ ਕੀਤਾ ਜਾਏਗਾ ਆਪਾਂ ਤੁਹਾਨੂੰ ਸ਼ੈਡਿਊਲ ਵੀ ਦਿਖਾਵਾਂਗੇ ਤਾਂ 21 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ ਜਿਹੜਾ ਹੈਗਾ ਇਹ ਸ਼ੈਡਿਊਲ ਰਹੇਗਾ ਤੇ ਇਸ ਪੂਰੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਉਹ ਪ੍ਰ ਵਿਦਿਆਰਥੀਆਂ ਨੂੰ ਇਹ ਪ੍ਰੋਗਰਾਮ ਦਿਖਾਉਣ ਲਈ ਉਪਰਾਲਾ ਕਰਨ ਤਾਂ ਜੋ ਵੱਤਵਤ ਵਿਦਿਆਰਥੀ ਇਨ੍ਹਾਂ ਪ੍ਰੋਗਰਾਮਾਂ ਦਾ ਲਾਭ ਲੈ ਸਕਣ ਤਾਂ ਸਕੂਲ ਦੇ ਮੁਖੀ ਯਾਨੀ ਕਿ ਤੁਹਾਡੇ ਸਕੂਲ ਦੇ ਜਿਹੜੇ ਪ੍ਰਿੰਸੀਪਲਜ਼ ਹੋਣਗੇ ਉਹੀ ਜਿਹੜੇ ਹੈਗੇ ਆ ਇਹ ਪ੍ਰੋਗਰਾਮ ਤੁਹਾਨੂੰ ਦਿਖਾਉਣ ਦੇ ਵਿੱਚ ਜਿਹੜੇ ਤੁਹਾਡੀ ਹੈਲਪ ਕਰਨਗੇ ਇਨ੍ਹਾਂ ਪ੍ਰੋਗਰਾਮਾਂ ਨੂੰ ਹੋਰ ਵਧੀਆ ਬਣਾਉਣ ਲਈ ਕਿਰਪਾ ਕਰਕੇ ਆਪਣੀ رائے ਈਮੇਲ ਤੇ ਭੇਜੀ ਜਾਵੇ ਤਾਂ ਈਮੇਲ ਦਿੱਤੀ ਹੋਈ ਹੈ ਇਸ ਈਮੇਲ ਤੇ ਜਿਹੜੀ ਹੈਗੇ ਤੁਸੀਂ ਆਪਣੀ رائے ਜਿਹੜੀ ਹੈ ਇੱਥੇ ਅਗਰ ਤੁਸੀਂ ਇਸ ਨੂੰ ਹੋਰ ਵੀ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਸੈਂਡ ਕਰ ਸਕਦੇ ਹੋ ਤਾਂ ਹੁਣ ਆਪਾਂ ਦੇਖ ਲੈਨੇ ਦਾ ਸ਼ਡਿਊਲ ਜੋ ਜਾਰੀ ਕੀਤਾ ਗਿਆ ਹੈ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਹੈ ਐਜੂਸੈਟ ਟਾਈਮ ਸ਼ੈਡਿਊਲ ਦੇਖੋ ਇੱਥੇ ਲਿਖਿਆ ਹੋਇਆ ਹੈ ਐਜੂਸੈਟ ਟਾਈਮ ਸ਼ੈਡਿਊਲ ਫਾਰ ਦਾ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ 21 ਜਨ 2021 ਟੂ 6 ਫੈਬ 2021 ਦੇਖੋ ਡੇਟ ਦਿੱਤੀ ਹੋਈ ਹੈ 21 ਜਨਵਰੀ ਡੇ ਥਰਸਡੇ ਪੀਰੀਅਡ 3 ਔਰ 4 ਤੱਕ ਤੀਸਰੇ ਤੇ ਚੌਥੇ ਪੀਰੀਅਡ ਦੇ ਵਿੱਚ ਇਹ ਜਿਹੜਾ ਹੈਗਾ ਪ੍ਰੋਗਰਾਮ ਹੋ ਟੈਲੀਕਾਸਟ ਕੀਤਾ ਜਾਏਗਾ ਮੈਂ ਤੁਹਾਨੂੰ ਇੱਕ ਵਾਰ ਜ਼ੂਮ ਕਰਕੇ ਦਿਖਾ ਦਿੰਨੀ ਹਾਂ ਹਾਂਜੀ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਟਾਈਮ ਜਿਹੜਾ ਹੈਗਾ ਇੱਥੇ 11:25 am ਤੋਂ 12 noon ਤੱਕ मतलब 11:25 ਤੋਂ ਲੈ ਕੇ 12 ਵਜੇ ਤੱਕ 3rd ਪੀਰੀਅਡ ਰਹੇਗਾ ਔਰ 12 ਵਜੇ ਤੋਂ 12:30 ਤੱਕ 4th ਪੀਰੀਅਡ ਰਹੇਗਾ 11:25 ਤੋਂ 12 ਵਜੇ ਤੱਕ 12th ਕਲਾਸ ਦਾ ਲੈਕਚਰ ਲੱਗੇਗਾ ਸਬਜੈਕਟ ਹੈਗਾ ਵੈਲਕਮ ਲਾਈਫ ਤੇ ਮੋਟੀਵੇਸ਼ਨਲ ਲੈਕਚਰ ਟੋਪਿਕ ਉਹਦੇ ਵਿੱਚ ਰਹੇਗਾ ਸਮਾਜ ਸੁਧਾਰ ਨਸ਼ੇ ਤੇ ਬੁਰੀ ਸੰਗਤ ਦਾ ਤਿਆਗ ਤੇ ਨੇਮ ਆਫ ਦਾ ਜਿਹੜਾ ਰਿਸੋਰਸ ਪਰਸਨ ਹੈ ਉਹ ਹੈਗਾ ਡਾਕਟਰ ਪਰਮਜੀਤ ਸਿੰਘ ਕਲਸੀ ਐਡਰੈਸ ਐਂਡ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਤੇ ਲਾਈਵ ਰਿਕਾਰਡ ਲੈਕਚਰ ਜਿਹੜੇ ਇੱਥੇ ਲੱਗਣਗੇ ਇਸੇ ਤਰ੍ਹਾਂ 4th ਲੈਕਚਰ ਜਿਹੜਾ ਹੈਗਾ 12 ਵਜੇ ਤੋਂ ਲੈ ਕੇ 12:30 ਤੱਕ ਉਹ 10th ਕਲਾਸ ਦਾ ਸਾਇੰਸ ਦਾ ਲੱਗੇਗਾ ਜਿਸ ਦੇ ਵਿੱਚ ਹਾਊ ਟੂ ਅਟੈਂਪਟ ਫਾਈਨਲ ਪੇਪਰ ਜਿਹੜਾ ਹੈ ਇਸ ਦੇ ਟਿਪਸ ਦਿੱਤੇ ਜਾਣਗੇ ਮਿਸਟਰ ਹਰਮਨਦੀਪ ਸਿੰਘ ਇਸ ਨੂੰ ਅਟੈਂਡ ਕਰਨਗੇ ਉਹਨਾਂ ਦਾ ਐਡਰੈਸ ਦਿੱਤਾ ਹੋਇਆ ਤੇ ਨਾਲ ਹੀ ਲਾਈਵ ਲੈਕਚਰ ਇਹ ਰਹੇਗਾ ਉਸ ਤੋਂ ਬਾਅਦ 22 ਜਨਵਰੀ ਦੀ ਗੱਲ ਕੀਤੀ ਹੋਈ ਹੈ 3rd ਤੇ 4th ਲੈਕਚਰ ਟਾਈਮਿੰਗ ਸੇਮ ਰਹੇਗੀ ਥਰਡ ਲੈਕਚਰ 11th ਕਲਾਸ ਦਾ ਸੀ ਲੇਕਿਨ ਨੋ ਟੈਲੀਕਾਸਟ ਲੇਕਿਨ 12th ਦੇ ਜਿਹੜਾ 12 ਵਜੇ ਤੋਂ 12:30 ਤੱਕ ਦਾ ਟਾਈਮ ਫੋਰਥ ਲੈਕਚਰ 12th ਕਲਾਸ ਦਾ ਰਹੇਗਾ ਫਿਜ਼ਿਕਸ ਦਾ ਡਿਸਕਸ ਔਨ ਪੇਪਰ ਪੈਟਰਨ ਐਂਡ ਹਾਊ ਟੂ ਅਟੈਂਪਟ ਫਾਈਨਲ ਪੇਪਰ ਇਸ ਨੂੰ ਇਸ ਤੇ ਗੱਲ ਕਰਨਗੇ ਮਿਸ ਮਨਜਿੰਦਰ ਕੋਰ ਮਿਸ ਸੰਧਿਆ ਉਹਨਾਂ ਦਾ ਐਡਰੈਸ ਦਿੱਤਾ ਹੋਇਆ ਤੇ ਲਾਈਵ ਲੈਕਚਰ ਜਿਹੜਾ ਉਹਨਾਂ ਦਾ ਰਹੇਗਾ ਇਸੇ ਤਰ੍ਹਾਂ 23 ਜਨਵਰੀ ਦਾ ਥਰਡ ਫੋਰ ਸ਼ਡਿਊਲ ਲੈਕਚਰ ਦਾ ਸ਼ਡਿਊਲ ਦਿੱਤਾ ਹੈ ਫਿਰ 25 ਜਨਵਰੀ 26 ਨੂੰ ਜਿਹੜਾ ਹੈਗਾ 홀ੀਡੇ ਰਹੇਗੀ ਰਿਪਬਲਿਕ ਡੇ ਦੀ ਉਸ ਤੋਂ ਬਾਅਦ 27 ਜਨਵਰੀ ਦੇ ਦੋਨੋਂ 3rd ਤੇ 4th ਲੈਕਚਰ 28 ਜਨਵਰੀ 29 30 ਇਹਦਾ ਕਰਕੇ ਲਾਸਟ ਦੇ ਵਿੱਚ 6 ਫਰਵਰੀ ਨੂੰ ਜਿਹੜਾ ਤੁਹਾਡਾ ਲਾਸਟ ਰਹੇਗਾ नो टेलीकास्ट ड्यू टू प्री बोर्ड एग्जाम्स एंड फाइनल एग्जाम प्रिपरेशन डेज तो क्योंकि अपनू पता है 8 फरवरी तो जड़े प्री बोर्ड पेपर शुरू हो रहे, है छे है है। रहे हैं तो 6 फरवरी तक जड़े हैं ये सारे लेक्चर रहनेਗੇ ਜਿਦੇ ਵਿੱਚ ਵੈਲਕਮ ਲਾਈਫ ਮੋਟੀਵੇਸ਼ਨਲ ਲੈਕਚਰ ਇੰਗਲਿਸ਼ ਸਾਇੰਸ ਸਬਜੈਕਟਸ ਦੇ ਜੜੇ ਆ ਪੇਪਰ ਪੈਟਰਨ ਐਂਡ ਹਾਊ ਟੂ ਅਟੈਂਪ ਫਾਈਨਲ ਪੇਪਰ ਉਸਤੇ ਡਿਸਕਸ ਕੀਤਾ ਜਾਏਗਾ ਤੇ ਵੈਲਕਮ ਲਾਈਫ ਦੇ ਜੜੇ ਟੌਪਿਕਸ ਉਹ ਇੱਥੇ ਡਿਸਕਸ ਕੀਤੇ ਜਾਣਗੇ ਇਵਨ 7th ਕਲਾਸ ਦੇ ਲਈ ਵੀ ਵੈਲਕਮ ਲਾਈਫ ਦਾ ਜੜਾ ਇੱਥੇ ਇੱਕ ਲੈਕਚਰ ਜੜਾ ਉਹ ਰਹੇਗਾ ਤੇ 7 ਤੋਂ ਆਪਾਂ ਕਹਿ ਸਕਦੇ ਹਾਂ ਕਿ ਇਹ ਜੜੀ ਹੈਗੀ 7th ਕਲਾਸ ਤੋਂ ਲੈ ਕੇ 12th ਕਲਾਸਕ ਦੇ ਦੇ ਵਿੱਚ ਜਿਹੜੇ ਆ ਉਹ ਲੈਕਚਰ ਲਗਾਏ ਜਾਣਗੇ ਇਹ ਸੀਗਾ ਜੀ ਅਜੂ ਸੈਟ ਟਾਈਮ ਸ਼ਡਿਊਲ ਜਿਹਦੇ ਵਿੱਚ ਪ੍ਰੋਗਰਾਮ ਲਗਾਏ ਜਾਣਗੇ ਬੱਚਿਆਂ ਲਈ ਸਕੂਲ ਮੁਖੀ ਜਿਹੜਾ ਉਹ ਪ੍ਰਾਲਾ ਕਰਨਗੇ ਤਾਂ ਕਿ ਸਾਰੇ ਬੱਚਿਆਂ ਨੂੰ ਥੋੜਾ ਫੋਰਥ ਲੈਕਚਰ ਦੇ ਵਿੱਚ ਇਹ ਜਿਹੜੇ ਲੈਕਚਰਸ ਆ ਉਹ ਅਜੂ ਸੈਟ ਤੋਂ ਦੇਖਨ ਨੂੰ ਮਿਲਣ ਤੇ ਆਪਣੇ ਵੈਲਕਮ ਲਾਈਫ ਦੇ ਰਿਲੇਟਡ ਜਿਹੜੇ ਹੈਗੇ ਟੌਪਿਕਸ ਉਹ ਡਿਸਕਸ ਕਰ ਸਕਣ ਤੇ ਨਾਲੇ ਪੇਪਰ ਨੂੰ ਕਿਵੇਂ ਅਟੈਂਪਟ ਕਰਨਾ ਹੈ ਕਿਵੇਂ ਪੈਟਰਨ ਰਹੇਗਾ ਉਸ ਦੇ ਰਿਗਾਰਡਿੰਗ ਉਹਨਾਂ ਨੂੰ ਨੋਲਿਜ ਮਿਲ ਸਕੇ ਤੇ ਇਹ ਸੀਗੀ ਜੀ ਇਨਫੋਰਮੇਸ਼ਨ ਫਿਰ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਲੇਟੈਸਟ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਮਿਲ ਜਾਏਗੀ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਮਿਲ ਜਾਏਗਾ ਥੈਂਕ ਯੂ